मामला सामने आया है कपूरथला दे पिंड दौलतपुर तो जिथे एक जंगल पानी गए नौजवान ना अजिही घटना वापरती है जिसनु सुन के पिंड वासियों दे पैरां हेठों जमीन निकल जाती है। दरअसल यह 21 साला नौजवान जंगल पानी लई जांदा है तां उस तो बाद वही कंडे ओह कुछ देखता होया खिसक जाता है। नेड़े खलोते व्यक्ति दे वल्लों भी पूरी जद्दोजहद की जाती है, कोशिश की जाती है कि उसनु बचाया जाए, उसका हाथ फड़ के उसनु वापस डूंगे पानी वाले वही चो कढ़ लिया जाए, पर ਉਹ ਵਿਅਕਤੀ ਵੀ ਆਪਣੀ ਕੋਸ਼ਿਸ਼ ਦੇ ਵਿੱਚ ਅਸਫਲ ਰਹਿ ਜਾਂਦਾ ਹੈ। ਉਸ ਤੋਂ ਬਾਅਦ ਉਹ ਨੌਜਵਾਨ ਵੇਈ ਦੇ ਵਿੱਚ ਰੁੜ ਜਾਂਦਾ ਹੈ ਜਿਸ ਦੀ ਹਜੇ ਤੱਕ ਕੋਈ ਵੀ ਉਗ ਸੁਗ ਨਹੀਂ ਲੱਗੀ। ਰੈਸਕਿਊ ਟੀਮਾਂ ਵੀ ਮੌਕੇ ਤੇ ਉੱਤੇ ਪਹੁੰਚ ਕੇ ਆਪਣੀ ਜੱਦੋਜਹਿਦ ਚ ਲੱਗੀਆਂ ਹੋਈਆਂ ਨੇ। ਹਰ ਜਗ੍ਹਾ ਦੇ ਉੱਤੇ ਗੋਤਾਖੋਰਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ, ਪਰ ਹਜੇ ਤੱਕ ਉਸ ਨੌਜਵਾਨ ਦੀ ਕੋਈ ਵੀ ਉਗ ਸੁਗ ਨਹੀਂ ਲੱਗ ਸਕੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਉਸ ਵਿਅਕਤੀ ਦੇ ਰਿਸ਼ਤੇਦਾਰਾਂ ਨੇ ਕੀ ਦੱਸਿਆ ਹੈ, ਆਓ ਤੁਹਾਨੂੰ ਪਹਿਲਾਂ ਉਹ ਸੁਣਾਉਂਦੇ ਹਾਂ। ਉਮਰ ਉਹਦੀ 22 ਸਾਲ ਦੀ। ਤੇ ਕਿੱਦਾਂ ਡੱਗ ਗਿਆ ਉਹ? ਉਹ ਇੱਥੇ ਆਏ ਸੀ ਜੀ, ਆਪਣੇ ਬਾਹਰ ਅੰਦਰ ਫਿਰਨ ਘੁੰਮਣ ਫਿਰਨ ਲਾ ਲਓ ਕਹਿ ਲਓ, ਸੁਬਹਾ ਸੁਬਹਾ ਸਵੇਰੇ ਸਵੇਰੇ। ਤੋ ਪਤਾ ਨਹੀਂ ਕਿ ਇੱਧਰ ਨੂੰ ਕੁਛ ਚੀਜ਼ ਪਈ ਸੀ, ਪਰਲੇ ਕੰਢੇ ਉਹਨੂੰ ਦੇਖਣ ਗਏ ਸੀ ਵੀ ਦੇਖਣਾ ਕੀ ਆ, ਪਤਾ ਨਹੀਂ ਰੱਬ ਜਾਣੇ। ਅਤੇ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਡੈਪਥ ਆ ਉਹ? ਇਹ ਮੇਰੇ ਚਾਚਾ ਜੀ ਨਾਲ ਸੀ ਜੀ, ਉਹਦੇ ਦੋਨੋਂ ਜਾਣੇ ਸੀ। ਉਹ ਪਹਿਲਾਂ ਉਹ ਜਾਣੀ ਕਿ ਅੱਗੇ ਸੀ, ਇਹ ਪਿੱਛੇ ਸੀ। ਇਹਨੇ ਖਰੇ ਪਹਿਲਾਂ ਦੇਖੀ ਚੀਜ਼, ਇਹਨੇ ਉਹਨੂੰ ਆਵਾਜ਼ ਬੂਜ ਮਾਰੀ ਵੀ ਆ ਜਾ ਵੀ ਕੁਛ ਪਿਆ ਵਾ, ਕੁਛ ਦਿਖਾਉਣਾ ਆ, ਬਸ ਇੱਦਾਂ ਥੋੜ੍ਹੇ ਜਿਹੇ ਇਹਨਾਂ ਦੀ ਕੁਛ। ਅਤੇ ਇਹ ਜਿਹੜੀ ਕਦੋਂ ਦਾ ਡਿੱਗਾ ਹੋਇਆ? ਇਹ ਕੱਲ੍ਹ 8:30 ਵਜੇ ਦਾ। ਸਵੇਰੇ ਸ਼ਾਮ? ਸਵੇਰੇ 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 ਟਾਈਮ 'ਚ। ਅਤੇ ਇਹ ਸ਼ੁਰੂ ਲੱਭਣਾ ਕਦੋਂ ਕੀਤਾ ਇਹਨਾਂ ਨੇ? ਸਵੇਰੇ ਉਦੋਂ ਇਹਨੇ ਤਾਂ 11:30 ਵਜੇ, 11-12 ਵਜੇ ਆਏ ਸੀ ਨਾ, 11 ਵਜੇ ਪਹੁੰਚ ਗਏ, 11-11 ਵਜੇ ਪਹੁੰਚ ਗਏ। ਸਾਡਾ ਜੀ ਜਠਾਣੀ ਦਾ ਮੁੰਡਾ ਸੀਗਾ, ਭਤੀਜਾ ਲੱਗਦਾ ਸੀ ਸਾਡਾ। ਇਹ ਕਿੱਦਾਂ ਹੋਇਆ ਸਾਰਾ ਕੁਛ? ਇਹ ਜੀ ਬਾਹਰ ਨੂੰ ਜੰਗਲ ਪਾਣੀ ਆਇਆ ਸੀਗਾ, ਅਤੇ ਜਦੋਂ ਨਾਲ ਹੀ ਪਹਿਲਾਂ ਉਹ ਮੈਨੂੰ ਬੁਲਾ ਕੇ ਲੰਘਿਆ, ਜਦੋਂ ਕੋਲ ਦੀ ਸਾਡੇ ਘਰਾਂ ਦੇ ਲੰਘਿਆ ਆ, ਬਾਅਦ 'ਚ ਨਹੀਂ ਕਦੇ ਵਾਪਸ ਆਇਆ ਮੁੰਡਾ, ਮਗਰ ਹੋਰ ਗਿਆ ਵਾ ਸਾਡਾ ਚਾਚੇ ਦਾ ਮੁੰਡਾ। ਅਤੇ ਉਹ ਕਹਿੰਦਾ ਸੀਗਾ ਉਹਨੂੰ ਵੀ ਪਾਣੀ 'ਚ ਨਾ ਵੜ, ਉਹਨੂੰ ਨਹੀਂ ਪਤਾ ਨਹੀਂ ਕਿਹੜੀ ਕੋਈ ਚੀਜ਼ ਦਿਸੀ ਆ, ਉਹਦਾ ਵਾਦਾ ਪਾਣੀ 'ਚ ਵੜ ਗਿਆ, ਉਹ ਫੜਦਾ ਪਿਆ ਸੀਗਾ ਉਹਨੂੰ, ਰੋਕਿਆ ਉਹਨੇ ਬਹੁਤ ਜ਼ਿਆਦਾ, ਉਹ ਮੱਲੋ ਮੱਲੀ ਕੱਪੜੇ ਲਾ ਕੇ ਵਿੱਚ ਵੜ ਗਿਆ ਜੀ ਪਾਣੀ ਦੇ। ਹਾਂਜੀ, ਇੰਨਾ ਕਿ ਉਹਨੂੰ ਪਤਾ ਵਾ ਭਾਅ ਜੀ ਨੂੰ ਵੀ। ਉਹਨੇ ਆਣ ਕੇ ਫਿਰ ਪਿੰਡ, ਜਦੋਂ ਨਹੀਂ ਉਹਦੇ ਕੋਈ ਹੱਥ ਪੱਲੇ ਆਇਆ, ਉਹਨੇ ਫਿਰ ਭੱਜ ਕੇ ਪਿੰਡ 'ਚ ਜਾ ਕੇ ਰੌਲਾ ਪਾਇਆ, ਫਿਰ ਸਾਰੇ ਜਣੇ ਨੇ ਤਾਂ ਪੁਲਿਸ ਵਾਲਿਆਂ ਨੂੰ ਸਲਾਹ ਦਿੱਤੀ ਜੀ। ਅਤੇ ਕੋਈ ਗੁੱਸੇ ਰਾਜੀ ਤਾਂ ਨਹੀਂ ਸੀ ਕਰਦੇ? ਨਹੀਂ, ਗੁੱਸੇ ਨਹੀਂ ਸੀ ਕਿਸੇ ਨਾਲ ਵੀ, ਉਹ ਸਾਰਿਆਂ ਨਾਲ ਤੇ ਪਿਆਰ ਸੀਗਾ ਪਿੰਡ ਦੇ ਵਿੱਚ, ਕਿਸੇ ਨੂੰ ਵੀ ਨਹੀਂ ਵੱਧ ਘੱਟ ਬੋਲਦਾ। ਹਾਂਜੀ, ਇਸ ਮਾਮਲੇ ਸੰਬੰਧੀ ਹੋਰ ਪਹਿਲੂ ਸਾਹਮਣੇ ਰੱਖਦੇ ਹੋਏ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਤੇ 8:30 ਵਜੇ ਦੀ ਗੱਲ ਆ, ਇਹ ਵਹੀਂ ਤਾਂ ਆਏ ਸੀ, ਦੋ ਜਣੇ ਸੀਗੇ, ਅਤੇ ਹੱਥ ਪਾਣੀ ਧੋਣ ਲੱਗਾ ਹੈਗਾ, ਠੀਕ ਆ ਜੀ, ਅਤੇ ਇਹ ਡੈਪਿਆ ਵਿੱਚ। ਅਤੇ ਹੁਣ ਇਹ ਜਦੋਂ ਸਰਚ ਹੋ ਰਹੀ ਹੈ, ਪਤਾ ਨਹੀਂ ਲੱਗ ਰਿਹਾ ਵੀ ਕਿੱਦਾਂ ਡਿੱਗਾ, ਕੀ ਕਹਿ ਰਹੇ NDRF ਵਾਲੇ? ਹਜੇ ਮਤਲਬ ਪਤਾ ਨਹੀਂ ਲੱਗ ਰਿਹਾ, ਥੱਲੇ ਗਾਰ ਬਹੁਤ ਜ਼ਿਆਦਾ ਆ, ਅਤੇ ਬੂਟੀਆਂ ਵਹੀਂ ਦੇ ਵਿੱਚ ਬਹੁਤ ਜ਼ਿਆਦਾ, ਅਤੇ ਉਹ 'ਚ ਕਿਤੇ ਫਸ ਗਈ ਆ ਡੈਡ ਬੋਡੀ, ਅਤੇ ਉਹਦਾ ਕਰਕੇ ਲੱਭ ਰਿਹਾ, ਪਰ ਕੋਸ਼ਿਸ਼ਾਂ ਬਹੁਤ ਜਾਰੀ ਰਹੀਆਂ। ਚੌਂਕੀ ਇੰਚਾਰਜ ਪੂਰ ਨੇ ਬੜਿਆ ਸਹਿਯੋਗ ਦਿੱਤਾ, ਬਾਕੀ ਆਪਣੇ ਸਾਰਿਆਂ ਨੇ ਟੀਮਾਂ ਆਈਆਂ ਵਾ, 35-40 ਬੰਦੇ ਆ ਲੱਗੇ ਹੋਏ ਆ, ਕੱਲ੍ਹ ਦੇ 10 ਵਜੇ ਤੋਂ 11 ਵਜੇ ਦੇ ਚੱਲਦਾ ਪਿਆ ਕੰਮ, ਅਤੇ ਹਜੇ ਕੋਈ ਨਹੀਂ ਗੱਲ ਲੱਭੀ ਨਹੀਂ ਡੈਡ ਬੋਡੀ। ਕੀ ਮੰਗ ਹੋਈ ਹੈਗੀ ਤੁਹਾਡੀ? ਮੰਗ ਇਹ ਆ ਵੀ ਚਲੋ ਕੋਸ਼ਿਸ਼ ਕਰ ਰਹੇ ਆ ਵੀ ਡੈਡ ਬੋਡੀ ਤੁਹਾਨੂੰ ਪਤਾ ਜ਼ਰੂਰੀ ਮਿਲਣੀ ਚਾਹੀਦੀ ਆ, ਅਤੇ ਮੁਆਵਜ਼ੇ ਦੀ ਵੀ ਮੰਗ ਕਰਦੇ ਪ੍ਰਸ਼ਾਸਨ ਤੋਂ। ਚਾਹੀਦਾ ਜ਼ਰੂਰ ਆ, ਗਰੀਬ ਬੰਦੇ ਆ ਵੀ, ਇਹਨਾਂ ਦੀ ਹੈਲਪ ਹੋਣੀ ਚਾਹੀਦੀ। ਦਿਹਾੜੀਦਾਰ ਮੁੰਡਾ ਹੈਗਾ, ਰੰਗ ਦਾ ਪੇਂਟ ਦਾ ਕੰਮ ਕਰਦਾ ਸੀ, ਅਤੇ ਕੋਈ ਪੈਲੀ ਬੰਨਾ ਹੈ ਨੀਗਾ, ਅਤੇ ਜ਼ਰੂਰ ਕੋਈ ਨਾ ਕੋਈ ਜ਼ਰੂਰ ਵੀ ਵਾਸ਼ ਨੂੰ ਇਹ ਚਾਹੀਦਾ ਵੀ ਗਰੀਬ ਬੰਦੇ ਆ ਜਿਹੜੀ। ਨੌਜਵਾਨ ਨਾਲ ਹੋਏ ਇਸ ਹਾਦਸੇ ਦੀ ਖਬਰ ਪਿੰਡ ਦੇ ਵਿੱਚ ਅੱਗ ਵਾਂਗੂ ਫੈਲ ਗਈ, ਤਾਂ ਉਸ ਤੋਂ ਬਾਅਦ ਪਿੰਡ ਵਾਸੀ ਤਾਂ ਹੈਰਾਨ ਰਹਿ ਗਏ, ਪਰੇਸ਼ਾਨ ਹੋ ਗਏ ਕਿ ਅਚਾਨਕ ਉਸ ਨੌਜਵਾਨ ਦੇ ਨਾਲ ਕੀ ਹੋ ਗਿਆ। ਲਗਾਤਾਰ ਇਸ ਗੱਲ ਦੀ ਜੋ ਜਾਣਕਾਰੀ ਹੈ ਉਹ ਪੁਲਿਸ ਅਧਿਕਾਰੀਆਂ ਦੇ ਤੱਕ, NDRF ਟੀਮ ਤੱਕ, ਰੈਸਕਿਊ ਟੀਮਾਂ ਤੱਕ ਪਹੁੰਚਾਈ ਗਈ, ਅਤੇ ਜੋ ਕਿ ਮੌਕੇ ਦੇ ਉੱਤੇ ਪਹੁੰਚ ਗਏ, ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਐਕਸ਼ਨ ਲੈਂਦੇ ਹੋਏ ਟੀਮਾਂ ਨੂੰ ਸੂਚਿਤ ਕੀਤਾ ਗਿਆ। ਟੀਮਾਂ ਲਗਾਤਾਰ ਉਸ ਨੌਜਵਾਨ ਦੀ ਭਾਲ ਕਰ ਰਹੀਆਂ ਨੇ, ਕਿਉਂਕਿ ਲਾਜ਼ਮੀ ਜਿਹੀ ਗੱਲ ਹੈ ਕਿ ਜਿੰਨਾ ਸਮਾਂ ਹੋ ਚੁੱਕਿਆ ਹੈ, ਨੌਜਵਾਨ ਦੀ ਲਾਸ਼ ਹੀ ਬਰਾਮਦ ਹੋਏਗੀ, ਤਾਂ ਉਸਨੂੰ ਲੱਭਣ ਦੇ ਲਈ ਰੈਸਕਿਊ ਟੀਮਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਨੇ, ਪਰ ਹਜੇ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗ ਸਕਿਆ। ਇਹਨਾਂ ਰੈਸਕਿਊ ਟੀਮਾਂ ਦੇ ਵੱਲੋਂ ਐਕਸ਼ਨ ਲੈਂਦੇ ਹੋਏ ਇਸ ਪੂਰੇ ਆਪਰੇਸ਼ਨ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਸਦਾ ਵੇਰਵਾ ਤੁਸੀਂ ਇੱਕ ਵਾਰ ਜ਼ਰੂਰ ਸੁਣੋ। 2 ਸਬਨਟ ਅਫਸਰ ਔਰ 19 ਜਵਾਨ ਹਮਾਰੇ ਕੱਲ ਸੇ ਹਮਾਰੇ ਕਾਮ ਕਰ ਰਹੇ ਹੋ। ਅਤੇ ਤੁਹਾਨੂੰ ਕੀ ਲੱਗ ਰਿਹਾ ਕਿ ਹੁਣ ਕੀ ਸੰਭਾਵਨਾ ਹੈਗੀਆਂ ਨੌਜਵਾਨ ਦੇ ਬਾਹਰ ਨਿਕਲ? ਦੇਖਦੇ ਆ ਵੀ ਤੋਂ 5 ਕਿਲੋਮੀਟਰ ਆ ਗਿਆ, ਹੁਣ ਇੱਕ ਜਾਲ ਲਗਾ ਰੱਖਾ ਹੈ, ਮੱਛਲੀ ਜੋ ਮੱਛਲੀ ਵਾਲਾ ਜਾਲ ਹੈ ਉਹ ਲਗਾ ਰੱਖਿਆ 5 ਕਿਲੋਮੀਟਰ ਆ ਗਿਆ। ਕਿਸ਼ਤੀਆਂ ਹੈ, ਇਹ 2 ਲੱਗੀ ਹੈ ਹਮਾਰੀ, ਇੱਕ ਆਗੇ ਲੱਗੀ, ਇੱਕ ਇਹ ਲੱਗੀ ਹੈ। ਜਿਹੜਾ
ਕਿੱਦਾਂ ਹੋ ਰਹੀ ਹੈ ਕਿ ਥੱਲਿਓਂ ਕੋਈ ਗਾਰ 'ਚ ਫਸਿਆ ਹੋ ਸਕਦਾ ਨੌਜਵਾਨ ਜਾਂ ਥੱਲੇ ਕੋਈ ਤੁਸੀਂ ਜਾਲ ਲਗਾ ਰਹੇ ਹਾਂ ਕਿਹੜੀ ਟੈਕਨੋਲੋਜੀ ਨਾਲ ਹੋ ਰਿਹਾ ਇਹ ਸਾਰਾ ਸੱਚ ਅਬ ਹੋ ਸਕਦਾ ਹੈ ਕੱਲ ਕੱਲ ਹਮਨੇ ਡੀਪ ਡਾਈਵ ਰਿਹਾ ਅੰਦਰ ਡਾਲ ਕੇ ਦੇਖਾ ਤਾ ਉਸਕੋ ਯਹਾਂ ਪੂਰਾ ਇਹ ਪੂਰਾ ਸਰਚ ਕਰ ਦਿਆ ਇਹ ਵਾਲਾ ਏਰੀਆ ਹਮਨੇ ਆਜ ਹਮ ਬੋਟ ਕੋ ਘੁਮਾ ਰਹੇ ਪੂਰਾ ਇਸਸੇ ਅਗਰ ਅਗਰ ਬੋਡੀ ਨੀਚੇ ਹੋ ਗਈ ਤੋ ਇਸ ਪਾਣੀ ਸੇ ਹਿਲਣੇ ਸੇ ਕਿਆ ਹੋ ਗਿਆ ਕਿ ਡੈਡ ਬੋਡੀ ਉੱਪਰ ਆ ਜਾਏਗੀ ਜੋ ਸੰਤ ਬਾਬਾ ਸੀਚੇ ਵਾਲੇ ਰਾਜ ਸਭਾ ਮੈਂਬਰ ਉਨਕੇ ਵੀ ਵਹਾਂ ਕਾਫੀ ਉਨਕੇ ਸਾਥ ਐਸੇ ਪ੍ਰਬੰਧ ਹੈ ਉਨਸੇ ਵੀ ਸੰਪਰਕ ਕੀਆ ਆਪਨੇ ਨਹੀਂ ਨਹੀਂ ਉਨਸੇ ਤੋ ਕੋਈ ਸੰਪਰਕ ये सातवीं वाहिनी NDRF की रेस्क्यू टीम है जो बठिंडा से यहाँ पर कल दोपहर में पहुँच चुकी थी और कल से हमने सर्च ऑपरेशन यहाँ पे स्टार्ट कर दिया था जहाँ मेन इंसिडेंट जो पॉइंट था वहाँ डीप डाइवर्स के द्वारा भी नीचे गोताखोर पानी के अंदर गए थे और वहाँ पर भी सर्च किया हमने लेकिन पानी का बहाव होने के कारण हो सकता बॉडी आगे की तरफ आ गई हो जैसा कि ये हमारी बोट अभी आगे कम से कम 400-500 meters आगे तक हमारी सर्च कर रही है तो सर्च ऑपरेशन अभी स्टार्ट है और 2 सबऑर्डिनेट अफसर और 19 अन्य अदर रैंक साथ में आ रखे एक टीम ये कितने बोट हैं आपके कितने लगे हुए बोट हमारी 2 अभी लगी हुई है जिसमें एक OBM लगा हुआ है और दूसरी एक बोट अभी सामने जो रेस्क्यू ऑपरेशन चला हुआ है और OBM जो मोटर बोलते हैं वो 2 हमारे पास है तो आप कैसे सर्च कर रहे हैं कोई नीचे पानी के भी जा रहे हैं जो सर्च ऑपरेशन चलाया जा रहा है जहाँ पर जो मेन डाउट वाली जगह है वहाँ पर गोताखोर पानी के अंदर जा रहा है और सर्च कर रहा पूरी तरीके से और जहाँ पर घास वाली जगह है जहाँ पर हो सकता विक्टिम फंस गया हो पानी के अंदर वहाँ पर बम्बू के द्वारा भी सर्च किया जा रहा है तो ऑपरेशन 2 तरीके से चलाया जा रहा है एक पानी के अंदर जाकर भी चलाया जा रहा है और एक बोट के द्वारा चलाया जा रहा है और यहाँ से करीब 5 kilometers दूर हमने एक जाल लगा रखा है नेट तो हो सकता पानी के बहाव से बोट विक्टिम वहाँ तक बह जाए तो नेट पे हम लास्ट में सर्च करेंगे वहाँ पर भी तो जहाँ कोई जो लोकल हैं गोताखोर जहाँ अन्य कोई प्रशासन से भी आपका सहयोग हो जी 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 सिविल प्रशासन पूरा सहयोग कर रही है किसी भी प्रकार की कोई डिमांड होती है तो हम उनको बताते हैं तो तुरंत प्रोवाइड करा दे रहे हैं तो लोकल गोताखोर का भी आप हेल्प ले रहे हैं नहीं लोकल गोताखोर तो नहीं हमारी SDRF की एक टीम है और दूसरा NDRF की टीम है तो जो SDRF की स्टेट की जो टीम होती है उसकी उनके पास भी गोताखोर हैं वो भी सर्च कर रहे हैं और हमारे NDRF की टीम है वो भी सर्च कर रहे हैं गोताखोर तो आप आगे क्या रहेगा सर्च क्योंकि अभी काफ़ी अपने घंटे हो गए हैं तो आगे कोई रणनीति भी बदली जाएगी अभी सर्च करते हुए हम जहाँ पर जो मेन जाल लगा है वहाँ तक हम सर्च करते हुए अभी प्लान है जाने की और दूसरा जो रिवर है इसके साथ में दोनों तरफ से फिजिकल सर्च भी किया जा रहा है तो चारों तरफ से सर्च की कार्रवाई अभी स्टार्ट है तो आगे भी क्योंकि यहाँ आपने जाल लगाया उससे आगे भी कोई आपने आगे बैंक के जो उनसे भी संपर्क किया है कि आगे भी कोई ऐसा ना हो जो सिविल पुलिस है उन्होंने संपर्क कर रखा है तो जो रिवर है उसके आगे भी वहाँ पर सिविल लोगों को लगाया गया है अगर कुछ इस प्रकार का कोई क्लू मिलता है विक्टिम का तो वहाँ पर फिर तुरंत जो है टीम पहुँचेगी और निकाल देगी बाबा सीचेवाल हैं जो काफ़ी जानते हैं इस बैंक के बारे में राज्यसभा मेंबर हैं उनसे भी कोई आपकी बात हुई है उनसे कोई हेल्प लें क्योंकि उनके जो सेवादार हैं वो यहाँ सर्च करते रहते हैं गहराई का और काफ़ी नॉलेज है उन्हें इस बारे में अभी हम यहाँ तहसीलदार साहब उनसे हमारी मुलाकात हुई है और तहसीलदार मैम हैं दूसरे जो यहाँ SHO साहब हैं उनसे हमारा संपर्क हुआ है तो उन्हीं के द्वारा हमारा सर्च अभियान चालू है अभी फिलहाल हरेक दे वल्लों कोशिश की जा रही है कि किसी भी तरीके दे नाल उस नौजवान की लाश बरामद हो जाए कि घट्टो घट उसके परिवारिक मैंबरों से जो दुख की घड़ी लंघ रही है उसका कुछ हद तक दुख घट हो सके उस नौजवान को परिवार आखिरी बार तो एक बार जरूर देख सके आने वाले समय के वेखना होगा कि रेस्क्यू टीमों के जो मेहनत चल रही है उसनों बूर पैंता है या नहीं या पुलिस अधिकारियों के वालों की इस मामले के होर एक्शन लिया जाता है कि नहीं परिवारिक मैंबरों के उत्ते की बीतती है आने वाले समय के ही पता लगेगा कपूरथला तो सुनील गोगना की रिपोर्ट स्काई न्यूज़ पंजाब हर खबर की ताज़ा अपडेट के लिए साड़े यूट्यूब चैनल सब्सक्राइब करो फेसबुक चैनल लाइक शेयर करो